ਦੇ ਜ਼ਾਲਮ ਹੁਕਮਰਾਨ ਜਿਨ੍ਹਾਂ ਸਿਰਫ ਇਸ ਮੁਲਕ ਨੂੰ ਲੁੱਟਣਾ ਸਿੱਖਿਆ ਹੈ, ਉਹਨਾਂ ਨੇ ਅੱਜ ਆਵਾਮ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਹੈ ਕਿ ਉਹ ਬਿਜਲੀ ਦੇ ਬਿੱਲ ਇੰਨੇ ਜ਼ਿਆਦਾ ਜਾਂਦੇ ਨੇ ਜਿਹੜੇ ਉਹ ਬਿਜਲੀ ਇਸਤੇਮਾਲ ਹੀ ਨਹੀਂ ਕਰਦੇ। ਔਰ ਇਹ ਬਾਪਦਾ ਜਿਹੜੀ ਹੈ ਇਹ ਪੁਲਿਸ ਨਾਲੋਂ ਜ਼ਿਆਦਾ ਵੱਡਾ ਬਿਜਲੀ ਚੋਰੀ ਕਰਾਉਂਦਾ ਹੈ। ਇਸ ਮੁਲਕ ਦੇ ਅੰਦਰ ਕੋਈ ਸਿਆਸਤਦਾਨ ਬਿੱਲ ਨਹੀਂ ਦਿੰਦਾ, ਬਿਲਕੁਲ ਕੋਈ ਜੱਜ ਬਿੱਲ ਨਹੀਂ ਦਿੰਦਾ, ਕੋਈ ਪੁਲਿਸ ਅਫਸਰ ਬਿੱਲ ਨਹੀਂ ਦਿੰਦਾ, ਸਾਰਾ ਬਿੱਲ ਇਸ ਮੁਲਕ ਦੇ ਗਰੀਬ ਆਵਾਮ ਦੇ ਉੱਤੇ ਪਾਸ ਕਰ ਦਿੰਦਾ। ਮੇਰੇ ਦੋਸਤੋ, ਇਹ ਬਾਪਰਾ ਦਾ ਮਹਿਕਮੇ ਨੂੰ ਇਸ ਵਾਸਤੇ ਕੋਈ ਜ਼ਰੂਰਤ ਨਹੀਂ ਬਿਜਲੀ ਕੱਢਣ ਦੀ ਕਿ ਇਹਨਾਂ ਦੀਆਂ ਆਮਦਨਾਂ ਪਹਿਲੇ ਨਾਲੋਂ ਬਿਜਲੀ ਦੀ ਜ਼ਿਆਦਾ ਹੋ ਗਈ ਹੈ। ਇਸ ਵਾਸਤੇ ਹਰ ਮਹੀਨੇ ਬਿਜਲੀ ਦੇ ਬਿੱਲ ਭਰਾਂ ਤੇ ਜਾਂਦੇ ਨੇ, ਜ਼ਿਆਦਾ ਰੀਡਿੰਗ ਪਾਈ ਜਾਂਦੀ ਹੈ, ਗਰੀਬਾਂ ਦੇ ਡਿਟੈਕਸ਼ਨ ਬਿੱਲ ਪਾਏ ਜਾਂਦੇ ਨੇ ਔਰ ਉਹਦੇ ਨਾਂ ਤੜੇ ਵੇ। ਇਹ ਬਿਜਲੀ ਜਿਹੜੀ ਹੈ ਇਹ ਲੋਕਾਂ ਨੂੰ ਮੁਹੱਈਆ ਵੀ ਨਹੀਂ ਕੀਤੀ ਜਾਂਦੀ। ਸਾਨੂੰ ਅਫਸੋਸ ਇਸ ਗੱਲ ਦਾ ਕਿ ਇਸ ਮੁਲਕ ਦੇ ਉੱਤੇ ਮੁਸੱਲਤ ਹੁਕਮਰਾਨ ਇਸ ਮੁਲਕ ਦੇ ਆਵਾਮ ਦੇ ਸਾਰਿਆਂ ਤੋਂ ਵੱਡੇ ਦੁਸ਼ਮਣ ਨੇ। ਯਜ਼ੀਦ ਹਨ ਜੀ, ਯਜ਼ੀਦ ਹਨ ਹੁਕਮਰਾਨ, ਮੁਸ਼ਰਕ ਨੇ ਹੁਕਮਰਾਨ ਸਾਡੇ ਖਿਲਾਫ ਆਪਣੇ ਦਫਤਰਾਂ ਦੇ ਅੰਦਰ ਨਹੀਂ ਬਹਿ ਸਕਣਗੇ।
एक्शन आएगा, एसपी आएगा, एसपी सारे जज बाहर सारे